ਭਾਈ ਮੋਕਮ ਸਿੰਘ ਭਾਈ ਤੀਰਸ ਚੰਦ ਦੇ ਸਪੁੱਤਰ ਸਨ। ਆਪ ਨੇ ਛੀਂਬਾ ਦਰਜੀ ਪਰਿਵਾਰ ਵਿੱਚ 1663 ਈਸਵੀ ਵਿੱਚ ਜਨਮ ਲਿਆ ਸੀ। ਆਪ ਦਵਾਰਕਾ ਪਿੰਡ ਦੇ ਵਾਸੀ ਸਨ। ਆਪ ਜੀ ਦੀ ਮਾਤਾ ਦਾ ਨਾਮ ਦੇਵਾ ਬਾਈ ਸੀ। ਆਪ ਜੀ ਆਪਣੇ ਪਿਤਾ ਨਾਲ ਛੋਟੀ ਉਮਰ ਵਿੱਚ ਹੀ ਅਨੰਦਪੁਰ ਗਏ ਸਨ। ਜਦੋਂ ਗੁਰੂ ਜੀ ਪੌਂਟਾ ਸਾਹਿਬ ਗਏ ਤਾਂ ਭਾਈ ਮੋਕਮ ਸਿੰਘ ਗੁਰੂ ਜੀ ਦੇ ਨਾਲ ਹੀ ਸਨ। ਖਾਲਸਾ ਪ੍ਰਗਟ ਕਰਨ ਸਮੇਂ ਭਾਈ ਮੋਕਮ ਸਿੰਘ ਜੀ ਦੂਜੇ ਨੰਬਰ 'ਤੇ ਉੱਠੇ ਅਤੇ ਸੀਸ ਭੇਂਟ ਕੀਤਾ ਸੀ। 1700 ਈਸਵੀ ਵਿੱਚ ਸ਼ਰਾਬੀ ਹਾਥੀ ਦਾ ਟਾਕਰਾ ਭਾਈ ਬਚਿੱਤਰ ਸਿੰਘ ਜੀ ਨੇ ਕੀਤਾ ਅਤੇ ਕੇਸਰੀ ਚੰਦ ਦੇ ਸੰਘਾਰ ਤੋਂ ਬਾਅਦ ਵਾਲੇ ਸੰਘਰਸ਼ ਵਿੱਚ ਭਾਈ ਮੋਕਮ ਸਿੰਘ ਨੇ ਸਾਹਿਬ ਸਿੰਘ ਅਤੇ ਹਿੰਮਤ ਸਿੰਘ ਸਮੇਤ ਭਾਗ ਲਿਆ ਸੀ। ਚਮਕੌਰ ਦੀ ਗੜੀ ਵਿੱਚ 7 ਦਸੰਬਰ 1705 ਈਸਵੀ ਨੂੰ ਜਦ ਘੇਰਾ ਪਿਆ ਤਾਂ 47 ਸਿੱਖਾਂ ਨੇ ਮੁਗਲਾਂ ਦੀ ਵੱਡੀ ਫੌਜ ਦਾ ਡਟ ਕੇ ਟਾਕਰਾ ਕੀਤਾ। ਚਮਕੌਰ ਦੀ ਜੰਗ ਵਿੱਚ ਹੀ ਭਾਈ ਮੋਕਮ ਸਿੰਘ ਜੀ ਜੂਝਦੇ ਹੋਏ ਸ਼ਹੀਦੀ ਜਾਮ ਪੀ ਗਏ। ਇਸ ਤਰ੍ਹਾਂ ਇਹ ਗੁਰੂ ਦਾ ਪਿਆਰਾ ਸਿੱਖ ਗੁਰੂ ਜੀ ਲਈ ਆਪਣਾ ਸਰੀਰ ਲੇਖੇ ਲਾ ਗਿਆ।